नमस्कार मैं हूं अंकिता सिंह देख रहे हैं प्राइम न्यूज 24 खबर पंजाब से है जहां लोड़ी के त्योहारों को किसानों की तरफ से कृषि कानूनों को लेकर काली लोड़ी के तौर पर मनाया गया बात करें जिला गुरदासपुर की तो नजदीकी गाँव चीना रेलवाला में किसान पिछले 25 दिनों से गांव के नजदीक बन रहे अडानी ग्रुप के गोदामों के जाते रास्ते को रोक दिन रात के धरने पर बैठे हैं इस धरने में 50 गांवों के किसान ने मिलकर काले कानूनों की कॉपियों को लोहड़ी के भुग्गे में जलाया गया और साथ ही मोदी सरकार का पुतला भी जलाया गया जब प्राइम न्यूज़ ट्वेंटी फोर की टीम ने किसानों से बात की तो किसानों का कहना था कि केंद्र सरकार जब तक काली कृषि कानूनों को रद्द नहीं करती तब तक हर त्यौहार को काले दिवस के रूप में मनाया जाएगा और दिल्ली में 26 जनवरी की ट्रैक्टर परेड में 23 जनवरी को ही हजारों की तादाद में ट्रैक्टर लेकर दिल्ली पहुंचेंगे ताकि दिल्ली की ट्रैक्टर परेड में ट्रैक्टरों का ट्रैक्टरों की तादाद लाखों में हो और वहीं उन्होंने कहा सुप्रीम कोर्ट की तरफ से कानूनों पर रोक लगाना भी किसानी आंदोलन को खत्म करवाने के लिए केंद्र सरकार की ही एक चाल है और कमेटी गठित करने भी इसी चाल में शामिल है लेकिन किसान समझदार है और केंद्र की ऐसी चालों में नहीं आएगा इसलिए जब तक कृषि कानून रद्द नहीं होते तब तक आंदोलन जारी रहेंगे प्राइम न्यूज ट्वेंटी के लिए जतेंद्र कुंडल की रिपोर्ट ਨਵਾਂ ਸਾਲ ਵੀ ਉਹਨਾਂ ਉੱਥੇ ਬਣਾਇਆ ਲੋੜੀ ਵੀ ਨੰਗੀ ਆ ਤੇ ਸ਼ਾਇਦ ਹੋ ਸਕਦਾ ਵੀ ਸਾਨੂੰ ਵਿਸਾਖੀ ਵੀ ਇੱਥੇ ਮਨਾਉਣੀ ਪਵੇ ਪਰ ਲਗਾਤਾਰ ਕਿਸਾਨ ਇਸੇ ਤਰ੍ਹਾਂ ਬੈਠੇ ਰਹਿਣਗੇ ਜਿਹੜੀਆਂ ਇਹ ਸੈਂਟਰ ਸਰਕਾਰ ਦੀਆਂ ਲੂੰਬੜਚਾਲਾਂ ਉਹ ਨਹੀਂ ਪਾਸ ਹੋਣੀਆਂ ਇਹ ਦ੍ਰਿੜ ਨੇ ਜਿੰਨਾ ਚਿਰ ਤਿੰਨੇ ਕਾਨੂੰਨ ਕਾਲੇ ਜਿਹੜੇ ਉਹ ਵਾਪਸ ਨਹੀਂ ਹੁੰਦੇ ਉਹਨਾਂ ਚਿਰ ਕੋਈ ਫੈਸਲਾ ਨਹੀਂਗਾ ਇਹ ਜਿਹੜਾ ਸੰਘਰਸ਼ ਇਸੇ ਤਰ੍ਹਾਂ ਚੱਲਦਾ ਰਹੇਗਾ 26 ਤਰੀਕ ਨੂੰ ਵੱਡੀ ਪੱਦਰ ਦੇ ਉੱਤੇ ਇਥੋਂ ਹੋ ਸਕ ਸਾਡੇ ਜਿਹੜੇ ਇਸੇ ਜਗ੍ਹਾ ਦੇ ਤੋਂ 23 ਤਰੀਕ ਨੂੰ ਵੱਡਾ ਕਾਫਲਾ ਜਿਹੜਾ ਵਾ ਉਹ ਦਿੱਲੀ ਨੂੰ ਰਵਾਨਾ ਹੋਵੇਗਾ ਸੈਂਕੜੇ ਡਰੈਕਟਰਾਂ ਦੇ ਨਾਲ ਅਸੀਂ ਇੱਥੋਂ ਰਵਾਨਾ ਹੋਵਾਂਗੇ ਤੇ ਸੈਂਟਰ ਨੂੰ ਦੱਸ ਦਿਆਂਗੇ ਵੀ ਇਹ ਜਿਹੜੇ ਕਾਨੂੰਨ ਤੋਂ ਵਾਪਸ ਲੈਣਗੇ ਨਹੀਂ ਬਟ ਜਿਹੜਾ ਪੂਰਨ ਤੌਰ ਤੇ ਪੂਰਾ ਦਬਾਅ ਬਣਾਵਾਂਗੇ ਉਹਦੇ ਉੱਤੇ ਤੇ ਲੱਖਾਂ ਦੀ ਜੀ ਹੈ ਤੇ 20 ਦਿਨ ਤੋਂ ਵੱਧ ਅਸੀਂ ਇੱਕਰਾਓ ਕੀਤਾ ਆਜਾ ਨੂੰ ਜਖਮ ਬੰਦੀਆਂ ਦਾ ਹੁਕਮ ਸੀ ਵੀ ਇਹ ਕਾਲੀ ਲੋੜੀ ਮਨਾਈ ਜਾਏ ਇਹ ਕਾਪੀਆਂ ਸਾੜੀ ਜਾਣ ਕਾਲੇ ਕਾਨੂੰਨ ਦੀਆਂ ਅਸੀਂ ਉਹਦੇ ਵਿਹਾਰ ਦੇ ਉੱਤੇ ਇਹ ਸਾਰਾ ਕੀਤਾ ਜੀ ਤੇ ਜੋ ਇਹਨਾਂ ਨੇ ਪਲੈਨਿੰਗ 20 ਦਿਨ ਤੋਂ ਚੱਲ ਰਹੀ ਸੀ ਮਹੀਨਾ ਪਹਿਲਾਂ ਚੱਲ ਰਹੀ ਸੀ ਪੀ ਬਾਈ ਕੋਰਟ ਅਸੀਂ ਇਹਨੂੰ ਹੋਲਡ ਕਰਵਾ ਕੇ ਤੇ ਕਿਸਾਨਾਂ ਨੂੰ ਘਰੋ ਘਰੀ ਤੋਰ ਦਾਂਗੇ ਪਰ ਜਥੇਬੰਦੀਆਂ ਨੇ ਸਖਤ ਸਟੈਂਡ ਲਿਆ ਵਾ ਤੇ ਇਹ ਜਿਹੜੀਆਂ ਕਮੇਟੀ ਸੁਪਰੀਮ ਕੋਰਟ ਨੇ ਬਣਾਈ ਆ ਉਹਨੂੰ ਰਿਜੈਕਟ ਕੀਤਾ ਸਾਡੀ ਇੱਕੋ ਮੰਗ ਹੈ ਵੀ ਅਸੀਂ ਇਹ ਜਿਹੜੇ ਕਾਲੇ ਕਾਨੂੰਨ ਆ ਇਹ ਵਾਪਸ ਕਰਵਾ ਕੇ ਫੇਰ ਹੀ ਅਸੀਂ ਘਰਾਂ ਨੂੰ ਜਾਂ ਧਰਨੇ ਜਿਹੜੇ ਦਿੱਲੀ ਤੋਂ ਚੁੱਕਾਂਗੇ ਕਿਉਂਕਿ ਅੱਜ ਕੱਲਾ ਪੰਜਾਬ ਹਰਿਆਣਾ ਹਰਿਆਣਾ ਯੂਪੀ ਨਹੀਂ ਸੋ ਜਿੱਥੇ ਵੀ ਦੁਨੀਆ ਦਾ ਕਿਸਾਨ ਵੱਸਦਾ ਹੈ ਜਾਂ ਜਿੱਥੇ ਵੀ ਹਿੰਦੁਸਤਾਨੀ ਵੱਸਦਾ ਹੈ ਉਹ ਸਾਰੇ ਜਾਗਰੂਕ ਹੋ ਚੁੱਕੇ ਨੇ ਹਰ ਥਾਂ ਤੇ ਇਸ ਗੱਲ ਤੋਂ ਦੁਖੀ ਨਹੀਂ ਕਿ ਮੋਦੀ ਨੇ ਜਿਹੜੇ ਕਾਲੇ ਕਾਨੂੰਨ ਲਿਆਂਦੇ ਨੇ ਇਹ ਵਾਪਸ ਹੋਣੇ ਚਾਹੀਦੇ ਨੇ ਅਸੀਂ ਭਾਵੇਂ ਦਿਵਾਲੀ ਕਾਲੀ ਮਣਾਈ ਭਾਵੇਂ ਨਵਾਂ ਸਾਲ ਵੀ ਅਸੀਂ ਬਿਨਾਂ ਖੁਸ਼ੀ ਤੋਂ ਬਣਾਇਆ ਅੱਜ ਲੋਹੜੀ ਵੀ ਸਾਡੀ ਕਾਲੀ ਲੰਗੇਗੀ ਤੇ ਅਸੀਂ ਇਹ ਪ੍ਰਣ ਕਰਦੇ ਆਂ ਕਿ ਜਿੰਨਾ ਚਿਰ ਤੱਕ ਮੋਦੀ ਸਰਕਾਰ ਇਹ ਜਿਹੜੇ ਕਾਲੇ ਕਾਨੂੰਨ ਵਾਪਸ ਨਹੀਂ ਲੈਂਦੀ ਭਾਵੇਂ ਉਹ ਸੁਪਰੀਮ ਕੋਰਟ ਦੇ ਰਾਏ ਐਵੇਂ ਰੋਕਾਂ ਲਾ ਕੇ ਲੋਕਾਂ ਨੂੰ ਗਮਰਾਹ ਕਰ ਰਹੇ ਆ ਇਹ ਜਿੰਨਾ ਚਿਰ ਬੁੱਢੋ ਰੱਦ ਨਹੀਂ ਕਰਦੀ ਉਹਨਾਂ ਚਿਰ ਤੱਕ ਅਸੀਂ ਆ ਜਿਹੜੇ ਕਾਲੇ ਦਿਹਾੜੇ ਮਨਾਉਂਦੇ ਰਹਿਾਂਗੇ